ਉਹ ਮੈਂ ਸਾਰੇ ਵਰਕਰਾਂ ਦਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਅਪੀਲ ਕਰਦਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਨੂੰ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਇਸ ਧਰਤੀ ਨੂੰ ਇੱਕ ਚੰਗਾ ਸੇਵਾਦਾਰ ਚਾਹੀਦਾ, ਝਾੜੂ ਬਰਦਾਰ ਚਾਹੀਦਾ, ਗੁਰੂ ਘਰ ਦਾ ਉਹੋ ਜਿਹਾ ਸੇਵਾਦਾਰ ਚਾਹੀਦਾ ਜਿਹੜਾ ਸਰਬੱਤ ਦੇ ਭਲੇ ਦੀ ਫਿਲੋਸਫੀ 'ਤੇ ਪਹਿਰਾ ਦੇਵੇ, ਗੁਰੂ ਸਾਹਿਬ ਦੇ ਦੱਸੇ ਹੋਏ ਨਕਸ਼ੇ ਕਦਮ 'ਤੇ ਚੱਲੇ। ਔਰ ਮੈਂ ਸਮਝਦਾ ਹਾਂ ਕਿ ਭਾਈਚਾਰਕ ਸਾਂਝ ਜੇ ਕਾਇਮ ਰੱਖਣੀ ਹੈ, ਹਿੰਦੂ ਸਿੱਖ ਏਕਤਾ, ਹਿੰਦੂ ਸਿੱਖ ਮੁਸਲਮਾਨ ਈਸਾਈ ਭਾਈਚਾਰੇ ਦੀ ਏਕਤਾ ਦਾ ਬਹੁਤ ਵੱਡਾ ਮਦਈ ਅਤੇ ਪ੍ਰਤੀਕ ਅਨਿਲ ਜੋਸ਼ੀ ਸਾਹਿਬ ਨੇ, ਉਹਨਾਂ ਨੇ ਜਿੰਨੇ ਵੀ ਅੱਜ ਤੱਕ ਵਜ਼ੀਰ ਆਏ ਆ ਇਸ ਗੁਰੂ ਰਾਮਦਾਸ ਮਹਾਰਾਜ ਪਵਿੱਤਰ ਧਰਤੀ ਦੀ ਸੇਵਾ 'ਚ ਜਾਂ ਐਮ ਪੀ ਬਣੇ ਆ, ਸਭ ਤੋਂ ਵੱਧ ਸੇਵਾ ਇਸ ਸ਼ਹਿਰ ਦੀ ਸੁੰਦਰਤਾ ਵਾਸਤੇ, ਇਸ ਸ਼ਹਿਰ ਨੂੰ ਬਿਹਤਰ ਬਣਾਉਣ ਵਾਸਤੇ, ਭਾਈਚਾਰਕ ਸਾਂਝ ਕਾਇਮ ਰੱਖਣ ਵਾਸਤੇ ਉਹਨਾਂ ਨੇ ਡਿਊਟੀਆਂ ਨਿਭਾਈਆਂ ਨੇ। ਇਸ ਲਈ ਜੇ ਉਹ ਜਿੱਤਦੇ ਆ ਤਾਂ ਇਸ ਸ਼ਹਿਰ ਦੇ ਲੋਕਾਂ ਦੀ ਜਿੱਤ ਹੁੰਦੀ ਹੈ ਔਰ ਜਿੱਤ ਭਾਈਚਾਰਕ ਸਾਂਝ ਦੀ ਹੁੰਦੀ ਹੈ। ਔਰ ਇੱਕ ਬਹੁਤ ਵੱਡਾ ਸੁਨੇਹਾ, ਇੱਕ ਸਭ ਤੋਂ ਕਾਬਲ ਵਕੀਲ ਜਿਹੜਾ ਪਾਰਲੀਮੈਂਟ 'ਚ ਜਾ ਕੇ ਜਿਹਦੀਆਂ ਲੱਤਾਂ ਕੰਬਣਾ, ਪ੍ਰਧਾਨ ਮੰਤਰੀ ਦੇਸ਼ ਦੀਆਂ ਸਰਕਾਰਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਇਹ ਆਪਣੇ ਲੋਕਾਂ ਦੀ ਗੱਲ ਕਰ ਸਕੇ, ਕਿਸਾਨੀ ਸੰਘਰਸ਼ ਵਾਸਤੇ ਇਕੱਲਾ ਵਾਦ ਲੀਡਰ ਹੈ ਜਿਹਨੇ ਕਿਸਾਨੀ ਸੰਘਰਸ਼ ਦਾ ਸਤਿਕਾਰ ਕੀਤਾ, ਸ਼ਹੀਦਾਂ ਦਾ ਜਿਹੜੇ ਉਦੋਂ ਵੇਲੇ ਸੰਘਰਸ਼ 'ਚ ਸ਼ਹੀਦ ਹੋਏ ਸੀ ਉਹਨਾਂ ਦਾ ਸਤਿਕਾਰ ਕਰਦਿਆਂ ਭਾਜਪਾ ਨੂੰ ਅਲਵਿਦਾ ਕੀਤਾ। ਕਈ ਉਹਨਾਂ ਲੀਡਰਾਂ ਵਾਂਗੂ ਨਹੀਂ ਜਿਹੜੇ ਉਦੋਂ ਗੱਲ ਕੁਝ ਹੋਰ ਕਰਦੇ ਸੀ, ਅੱਜ ਭਾਜਪਾ ਦੀ ਕਾਉਟੀ ਕਰਦੇ, ਚਮਚੀ ਕਰਦੇ ਆ, ਜਾਂ ਭਗਵੰਤ ਮਾਨ ਵਾਂਗੂ ਜਿਹੜਾ ਹਰ ਤਰੀਕੇ ਨਾਲ ਲਾਅ ਐਂਡ ਆਰਡਰ ਦੇ ਮਸਲੇ 'ਚ, ਆਪਦੀ ਗਰੰਟੀਆਂ ਦੇ ਮਸਲੇ 'ਚ, ਹਰ ਮਸਲੇ 'ਚ ਫੇਲ ਹੋਇਆ, ਉਹਨਾਂ ਨੂੰ ਐਕਸਪੋਜ਼ ਕਰਨ ਦਾ ਕੰਮ ਕਰਨ। ਗੁਰਜੀਤ ਸਿੰਘ ਔਜਲਾ ਵੱਲੋਂ ਵੀ ਕਿਹਾ ਜਾਂਦਾ ਕਿ ਅੰਮ੍ਰਿਤਸਰ ਦੇ ਬਹੁਤ ਕੰਮ ਜਿਹੜੇ ਨੇ ਮੈਂ ਕਰਵਾਏ ਹੋਏ ਨੇ, ਤਾਂ ਕੀ ਲੱਗਦਾ ਗੁਰਜੀਤ ਸਿੰਘ ਔਜਲਾ ਦੇ ਕਿੰਨੇ ਕੁ ਕੰਮ ਜਿਹੜੇ ਬੋਲਦੇ ਨੇ? ਇਸ ਤਰ੍ਹਾਂ ਜੀ, ਇਹ ਆਪ ਵਾਲੇ ਤਾਂ ਦੱਸਦੀ ਹੈ ਨਾ, ਇਸ਼ਤਿਹਾਰ ਹੀ ਲਾਤਾ ਸੀ ਇਹਨਾਂ ਨੇ ਕਿ ਸਾਡਾ ਕੰਮ ਬੋਲਦਾ, ਇਸ ਲਈ ਆਪ ਵਾਲੇ ਤਾਂ ਆਪ, ਲੋਕ ਤਾਂ ਡਰਦੇ ਆ ਕਟਾਰੂ ਚੱਕ ਕਰਕਿਆਂ ਨੂੰ, ਲੋਕ ਡਰਦੇ ਆ ਭਗਵੰਤ ਮਾਨ ਦੇ ਜੋ ਸ਼ਰਾਬ ਪੀ ਕੇ ਜੇ ਪਾਰਲੀਮੈਂਟ 'ਚ ਜਾ ਸਕਦਾ ਉਹਦੇ ਸਾਥ ਦੇ ਐਮ ਪੀ ਕਹਿਣ, ਜਿਹੜਾ ਗੁਰੂ ਘਰ 'ਚ ਜਾ ਸਕਦਾ ਜਿਹੜੀ ਦਸਤਾਰ ਦੀ ਬੇਅਦਬੀ ਕਰੇ, ਜਾਂ ਜਿਹੜਾ ਇਨਸਾਨ ਕਹਿੰਦਾ ਸੀ ਮੈਂ ਸਕੂਲ ਕਾਲਜ ਹਸਪਤਾਲ ਖੋਲੂੰ, ਉਹ ਤਾਂ ਖੋਲੇ ਨਹੀਂ, ਨਵੇਂ ਸ਼ਰਾਬ ਦੇ ਠੇਕੇ ਖੋਲ੍ਹਤੇ, ਘਰ ਘਰ ਨੌਕਰੀ ਨਹੀਂ ਦਿੱਤੀ, ਬੱਚਿਆਂ ਨੂੰ ਮਾਵਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਨਹੀਂ ਦਿੱਤਾ, ਹਰ ਪ੍ਰੋਮਿਸ 'ਚ ਫੇਲ ਹੋਇਆ। ਉਸੇ ਤਰ੍ਹਾਂ ਔਜਲਾ ਸਾਹਿਬ ਵੀ, ਕਿਉਂਕਿ ਯਾਰ ਉਹ ਭਗਵੰਤ ਦੇ ਆ, ਫਿਕਸਡ ਮੈਚ ਇੱਥੇ ਖੇਡਿਆ ਜਾ ਰਿਹਾ, ਹੋਰ ਕੰਮ ਤਾਂ ਕੀ ਕਰਨੇ ਸੀ। ਆਹ ਗੰਦਾ ਨਾਲਾ ਜੋਸ਼ੀ ਨੇ ਸ਼ਹਿਰ 'ਚ ਅੰਦਰ ਇਨਰ ਸ਼ਹਿਰ 'ਚ ਕਿੰਨੇ ਵੱਡੇ ਪੱਧਰ 'ਤੇ ਕਵਰ ਕਰਾਇਆ, ਇਹਨਾਂ ਨੇ ਆਪਦੇ ਘਰ ਦੇ ਅੱਗੇ ਕਵਰ ਕਰਾ ਦਿੰਦੇ, ਸਭ ਤੋਂ ਵੱਡੀ ਮੰਗ ਹੈ ਇਹ ਨਾਲੇ ਨੂੰ ਕਵਰ ਕਰਨ ਦੀ। ਜਿਹੜਾ ਕੰਮ ਔਜਲਾ ਸਾਹਿਬ ਤੋਂ, ਕੋਈ ਇਹ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਇੱਕ ਪ੍ਰੋਜੈਕਟ ਦੱਸ ਦਿਨ, ਇੱਕ ਪ੍ਰੋਜੈਕਟ, ਅਤੇ ਮੈਂ ਫੇਰ ਕਿਤੇ ਮੰਨੂੰਗਾ ਕਿ ਉਹ ਵੋਟਾਂ ਦੇ ਹੱਕਦਾਰ ਨਾ, ਗਰੰਟਾਂ ਚੱਜ ਨਾਲ ਦਿੱਤੀਆਂ ਨਾ ਲੋਕਾਂ 'ਚ ਆਏ, ਨਾ ਕਦੇ ਲੋਕਾਂ ਦੀ ਬਾਹਾਂ। ਇਹ ਜ਼ਰੂਰ ਹੈ ਕਿ ਜਦੋਂ ਕੋਈ ਜਹਾਜ਼ ਉਤਰਦਾ ਸੀ ਤਾਂ ਚੜ੍ਹਨਾ ਹੁੰਦਾ ਸੀ, ਭੱਜ ਕੇ ਹਰੀ ਝੰਡੀ ਵਿਖਾਉਣ ਲਈ ਲੜ ਪੈਂਦੇ ਸੀ ਦੋ ਐਮ ਪੀ,
ਇਸ ਲਈ ਜਿਨ੍ਹਾਂ ਨੇ ਹੋਕੀ ਗੱਲਾਂ 'ਚ ਵਿਸ਼ਵਾਸ ਰੱਖਿਆ ਹੋਕੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਹੀ ਵਕਾਲਤ ਨਾ ਕੀਤੀ ਹੋਵੇ। ਗੱਲ ਕਰੀਏ ਬੀਜੇਪੀ ਦੀ ਤੇ ਬੀਜੇਪੀ ਦਾ ਜਗ੍ਹਾ ਜਗ੍ਹਾ ਤੇ ਵਿਰੋਧ ਕੀਤਾ ਜਾ ਰਿਹਾ, ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਵਾ, ਪਰ ਫਿਰ ਵੀ ਬੀਜੇਪੀ ਨੂੰ ਇਹ ਲੱਗਦਾ ਕਿ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਦੇ ਬਾਰੀ ਮਾਰੀ ਜਾਵੇਗੀ। ਇਹ ਮੰਗੇਰੀ ਲਾਲ ਦੇ ਅਸੀਨ ਸੁਪਨੇ ਕਹਿੰਦੇ ਇਹਨੂੰ। 400 ਪਾਰ ਵਾਲਿਆਂ ਨੂੰ ਕੈਂਡੀਡੇਟ ਨਹੀਂ ਲੱਭਦਾ, 13 ਪਾਰ ਵਾਲਿਆਂ ਨੂੰ ਕੈਂਡੀਡੇਟ ਨਹੀਂ ਲੱਭਦਾ। ਲੋਕਾਂ ਨੇ ਪੰਜਾਬ ਦਾ ਬਾਰਡਰ ਪਾਰ ਕਰਾਉਣਾ ਇਹਨਾਂ ਨੂੰ, ਜਿਨ੍ਹਾਂ ਨੇ ਕਿਸਾਨਾਂ ਨਾਲ ਧੱਕਾ, ਖੇਤ ਮਜ਼ਦੂਰਾਂ ਨਾਲ ਧੱਕਾ, ਇੱਥੋਂ ਦੇ ਵਪਾਰੀ ਅਤੇ ਇੰਡਸਟਰੀ ਨਾਲ ਧੱਕਾ। ਜਿਹੜੀ ਭਾਜਪਾ ਜੋ ਇਲੈਕਸ਼ਨ ਕਮਿਸ਼ਨ ਨੂੰ ਇਹ ਲਿਖ ਕੇ ਦੇ ਕੇ ਆ ਰਹੀ ਹੈ ਕਿ ਸਾਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ, ਉਹ ਦੋ ਗੱਲਾਂ ਦੇ ਸੰਕੇਤ ਨੇ ਕਿ ਜਾਂ ਤਾਂ ਚੋਣ ਮਚਾਉਣ ਤੋਂ ਭੱਜਣ ਦੀ ਤਿਆਰੀ ਹੈ ਅਤੇ ਜਾਂ ਚੋਣਾਂ ਰੱਦ ਕਰਾਉਣ ਦੀ ਜਾਂ ਪੋਸਟਪੋਨ ਕਰਾਉਣ ਦੀ ਤਿਆਰੀ ਹੈ। ਇਹ ਕਮਜ਼ੋਰੀ ਦਾ, ਜੇ ਦੇਸ਼ ਦਾ ਅੰਨਦਾਤਾ ਦਿੱਲੀ ਨਹੀਂ ਜਾ ਸਕਦਾ, ਫਿਰ ਦਿੱਲੀ ਵਾਲੇ ਦੇਸ਼ ਦੇ ਅੰਨਦਾਤਾ ਦੇ ਘਰ ਕਿਵੇਂ ਆ ਸਕਦੇ? ਇਸ ਲਈ ਜਿਸ ਪਾਰਟੀ ਨੇ ਮਹਿੰਗਾਈ ਦਿੱਤੀ ਹੈ, ਜਿਸ ਪਾਰਟੀ ਨੇ ਲੋਕਾਂ ਨੂੰ ਜਾਤ ਪਾਤ ਦੇ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਕਿਹਨੇ ਮੂੰਹ ਲਾਉਣਾ? ਠੀਕ ਹੈ, ਗੁਰੂ ਮਹਾਰਾਜ ਦਾ ਵੋਟ ਆਸਰਾ ਲੈ ਕੇ ਅਸੀਂ ਅੱਜ ਨੋਮੀਨੇਸ਼ਨ ਦੇਣ ਚੱਲੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਸੇਵਾ ਦੇਣ, ਇਸ ਗੁਰੂ ਦੀ ਨਗਰੀ ਨਾਲ ਮਨ ਨਾਲ ਸੇਵਾ ਕਰੀਏ। ਬੜਾ ਉਤਸ਼ਾਹ ਵਾ, ਆਪਣੇ ਆਪ ਇਲੈਕਸ਼ਨ ਲੜਦੇ ਪਏ ਸਾਰੇ, ਪਰਮਾਤਮਾ ਕਰਦਾ ਪਿਆ, ਬੰਦੇ ਦਾ ਵਾਸਤਾ ਰੋਕ ਨਹੀਂ ਹੈਗਾ। 19.5 ਲੱਖ ਵੋਟਰ ਦੀ ਵੋਟ ਇਲੈਕਸ਼ਨ ਲੜਨਾ, ਨਾ ਹੀ ਪਹੁੰਚ ਸਕਦਾ ਕੋਈ ਕੈਂਡੀਡੇਟ। 85 ਵਾਰਡਾਂ, 700 ਪਿੰਡ, ਗਲੀਆਂ ਮੁਹੱਲੇ ਵੱਖਰੇ, ਸੰਸਥਾਵਾਂ ਵੱਖਰੀਆਂ, ਮੰਦਰ ਗੁਰਦੁਆਰੇ, ਹੈ ਨਾ, ਹਰ ਜਗ੍ਹਾ ਜਾਣਾ ਬੰਦਾ, ਪਰ ਇਹ ਵੀ ਬੰਦਾ ਨਹੀਂ ਪਹੁੰਚ ਸਕਦਾ। ਥੋੜ੍ਹੇ ਦਿਨ ਆ, ਇੱਕ ਮੈਸੇਜ ਹੁੰਦਾ ਚੰਗਾ, ਜਿਹਦਾ ਬਣ ਗਿਆ ਲੋਕਾਂ ਦੇ ਮਨ 'ਚ ਬਣ ਗਿਆ, ਉਹ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਆ। ਜਿਹਦੇ ਅੰਦਰ ਵਸਣਾ, ਜੋ ਉਹਨੇ ਫੁਰਨਾ ਦੇਣਾ ਲੋਕਾਂ, ਉੱਧਰ ਨੂੰ ਤੁਰ ਪੈਣਾ, ਅਤੇ ਇਹ ਕਿਰਪਾ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਹੈ। ਲੋਕ ਆਪਣੇ ਆਪ ਹੀ ਕਹਿ ਰਹੇ ਆ ਵੀ ਯਾਰ ਕੀ ਇਹ ਸੇਵਾਦਾਰ ਜੋਸ਼ੀ। ਅੱਜ ਬੀਜੇਪੀ ਵੱਲੋਂ ਵੀ ਫਾਈਲ ਜਿਹੜੀ ਆ ਨੋਮੀਨੇਟ ਕੀਤੀ ਜਾ ਰਹੀ ਆ, ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਪੁਰਾਣੀ ਸਾਥੀਆਂ ਦੇ ਨਾਲ ਵੀ ਦੇ ਨਾਲ? ਪੁਰਾਣਾ ਸਾਥੀ ਮੇਰੇ ਵੀਰ ਜੀ ਕੋਈ ਰਹਿ ਨਹੀਂ ਗਿਆ ਉੱਥੇ, ਸਭ ਨਵੇਂ ਬੰਦੇ ਆ। ਇਹਨਾਂ ਨੇ ਪੁਰਾਣਿਆਂ ਨੂੰ ਸਾਰਿਆਂ ਨੂੰ ਕਈਆਂ ਨੂੰ ਕੱਢ ਕੁੱਢ ਦਿੱਤਾ, ਕਈਆਂ ਨੂੰ ਉਹ 5ਵੀਂ ਲਾਈਨ 'ਚ ਬਹਾਤਾ। ਇਹ ਬੰਦੇ ਆਪਣੇ 'ਤੇ ਵਿਸ਼ਵਾਸ ਹੀ ਨਹੀਂ ਕਰਦੇ। ਅਤੇ ਜਿਹੜਾ ਕੈਂਡੀਡੇਟ ਆਇਆ, ਉਹ ਜਿਹੜੇ ਰਹਿੰਦੇ ਉਹਨਾਂ ਨੂੰ ਦਬਕੇ ਮਾਰਦਾ ਪਿਆ। ਇਹਨਾਂ ਦਾ ਬੀਜੇਪੀ ਵਾਲਾ ਅਫਸਰ ਆ ਨਾ, IFS, ਉਹਨੂੰ ਐਂ ਲੱਗਦਾ ਘਰੇ ਤਨਖਾਹੀ ਆ, ਵਰਕਰ ਪਿਆਰ ਮੰਗਦਾ, ਇੱਜ਼ਤ ਮੰਗਦਾ, ਜੱਫੀ ਮੰਗਦਾ, ਅਤੇ ਉਹ ਇਹਨਾਂ ਦੇ ਵਸਦਾ ਰੋਗ ਨਹੀਂ, ਕਿਉਂਕਿ ਐਟੀਚਿਊਡ ਇੱਕ ਬਣਿਆ ਹੁੰਦਾ। ਇਹ ਪਬਲਿਕ ਨਾਲ, ਗਰਾਊਂਡ ਨਾਲ ਕਦੀ ਜੋੜ ਹੀ ਨਹੀਂ ਸਕਦੇ। ਇਹਨਾਂ ਦੇ ਵਸਦਾ ਰੋਗ ਨਹੀਂ ਅਫਸਰਾਂ, ਬਿਊਰੋਕਰੇਟ ਦੇ ਵਸਦਾ ਕੰਮ ਹੈ ਹੀ ਨਹੀਂ ਰਾਜਨੀਤੀ। ਇਹਨਾਂ ਦਾ ਐਟੀਚਿਊਡ ਬਣਿਆ ਹੁੰਦਾ ਬਾਹਰ ਖਿਲਾਰਨਾ, ਮਰਜ਼ੀ ਮਿਲਣਾ ਨਹੀਂ ਮਿਲਣਾ, ਗੱਲ ਕਿਸੇ ਚੱਜ ਨਾਲ ਕਰਨੀ ਨਹੀਂ ਕਰਨੀ। ਇਸ ਕਰਕੇ ਉਹ ਬੀਜੇਪੀ ਵਾਲਾ ਕੰਮ ਜਿਹੜਾ ਨਾ, ਪਿਛਲੀ ਵਾਰੀ IFS ਲਿਆਏ, ਉਹ ਮੁੜ ਕੇ ਮੁੜਿਆ ਕੋਈ? 3.5 ਲੱਖ ਵੋਟ ਲਈ ਪੁਰੀ ਸਾਹਿਬ ਨੇ, ਚਲੋ ਨਹੀਂ ਜਿੱਤੇ, 3.5 ਲੱਖ ਵੋਟਰਾਂ ਦੀ ਭਾਵਨਾ ਤਾਂ ਸੀਗੇ ਨਾ ਲੋਕਾਂ ਵੋਟਰਾਂ ਦੀ। ਤੁਸੀਂ ਮੰਤਰੀ ਬਣ ਗਏ ਜੀ, ਅਰਬਨ ਡਿਵੈਲਪਮੈਂਟ ਮਿਨਿਸਟਰ ਬਣਿਆ, ਸੇਵਾਦਾਰ ਨੇ ਇਹਨੂੰ ਸਮਾਰਟ ਸਿਟੀ ਡਿਕਲੇਅਰ ਕੀਤਾ ਸੀ ਜਦੋਂ ਮੇਰੇ ਕੋਲ ਲੋਕਲ ਬਾਡੀ ਸੀ। ਇੰਨਾ ਅਰਬਾਂ ਰੁਪਈਆ ਸਮਾਰਟ ਸਿਟੀ 'ਚ ਕੁਛ ਕਰ ਦਿੰਦੇ ਅੰਮ੍ਰਿਤਸਰ, ਹੁਣ ਅਮਰੀਕਾ ਤੋਂ ਨਾ ਲਿਆਉਣਾ ਪੈਂਦਾ, ਉਹ ਦਿੱਲੀ ਵਾਲਿਆਂ ਨਾਲ ਸਰ ਜਾਂਦਾ ਪੁਰੀ ਸਾਹਿਬ ਨੇ। ਲੋਕਲ ਦੇ ਉੱਤੇ ਇਹਨਾਂ ਨੂੰ ਕੋਈ ਦਬਾਰ ਨਹੀਂ। ਲੋਕਲ ਇੱਕ ਬਣਾਇਆ ਸੀ ਰਾਜ ਸਭਾ 'ਚ, ਅਨਿਓਰ ਵੀ ਜ਼ਿਆਦਾ ਹੁੰਦੀ ਸਾਲ 6 ਸਾਲ, ਅਤੇ ਦਿਆਰਾ ਵੀ ਵੱਡਾ ਪੂਰਾ ਪੰਜਾਬ ਸੀ। ਪਰ ਜਦੋਂ ਰਿਟਾਇਰ ਹੋਏ, ਟਨਿਓਰ ਮੁੱਕੀ, ਅਤੇ ਦਿੰਦੇ ਤਾਂ ਰਾਜ ਸਭਾ ਇਸ ਕਰਕੇ ਵੀ ਅਗਲੀ ਵਾਰੀ ਇਹਨੂੰ ਲੋਕ ਸਭਾ ਲੜਾਵਾਂ, ਆਪਣੇ ਕੰਮ ਨਾਲ ਲੋਕ ਸਭਾ ਖੜੀ ਕਰੂਗਾ। ਪਰ ਜਦੋਂ ਇਹ ਟਾਈਮ ਪੂਰਾ ਹੋਇਆ ਤਾਂ ਲੋਕ ਕਹਿੰਦੇ ਕੌਂਸਲਰ ਲੜ ਕੇ ਵਿਖਾ ਦੇ, ਜੇ ਜਿੱਤ ਜੂ ਜੋ ਕਹਿ ਦੇਣਾ, ਇਹ ਹਾਲ ਇਹਨਾਂ ਦਾ। ਇਸ ਕਰਕੇ ਇਹਨਾਂ ਦੇ ਵਸ ਦਾ ਰੋਗ ਨਹੀਂ ਹੈਗਾ। ਅੰਮ੍ਰਿਤਸਰ ਤੋਂ ਜਦੋਂ ਦਾ ਜੋਸ਼ੀ ਸਾਹਿਬ ਨੇ
ਅੰਮ੍ਰਿਤਸਰ ਦਾ ਚਿਹਰਾ ਜੋਸ਼ੀ ਸਾਹਿਬ ਸੀ, ਜਦੋਂ ਦਾ ਜੋਸ਼ੀ ਸਾਹਿਬ ਨੇ ਪਾਰਟੀ ਨੂੰ ਛੱਡਿਆ ਉਸ ਤੋਂ ਬਾਅਦ ਅੰਮ੍ਰਿਤਸਰ ਦਾ ਕੋਈ ਚਿਹਰਾ ਬੀਜੇਪੀ ਨੂੰ ਨਹੀਂ ਮਿਲਿਆ? ਪਹਿਲੀ ਗੱਲ ਤਾਂ ਮੈਂ ਛੱਡਿਆ ਨਹੀਂ, ਮੈਨੂੰ ਪੰਜਾਬ ਦੇ ਨਾਲ ਖਲੋਣ ਕਰਕੇ ਇਹਨਾਂ ਨੇ ਕੱਢਿਆ 6 ਸਾਲ ਵਾਸਤੇ, ਇਹਨਾਂ 6 ਸਾਲ ਵਾਸਤੇ ਕੱਢਿਆ, ਮੈਂ ਪੂਰੀ ਉਮਰ ਇਹਨਾਂ ਵਾਸਤੇ ਕਾਂਟਾ ਮਾਰਤਾ, ਕਿਉਂਕਿ ਮੈਂ ਪੰਜਾਬੀ ਹਾਂ, ਕਿਸਾਨੀ ਕੀਤੀ ਹੈ, ਪੰਜਾਬ ਨਾਲ ਖੜ੍ਹਾ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੇ ਕਿਸਾਨਾਂ ਦਾ ਮੁੱਦਾ ਸੀ ਖੜ੍ਹਾ ਹਾਂ, ਪੰਜਾਬ ਦੇ ਵਪਾਰੀਆਂ ਦਾ, ਇੰਡਸਟਰੀ ਦਾ ਮੁੱਦਾ ਉਹ ਇਸ ਤਰ੍ਹਾਂ ਹੀ ਖੜ੍ਹਾ ਹੋਊਗਾ, ਇਸ ਤਰ੍ਹਾਂ ਹੀ ਲੱਤ ਲਾਊਂਗਾ, ਸ਼ਹਿਰੀਆਂ ਦਾ ਮੁੱਦਾ ਉਹ ਤਦ ਵੀ ਇਸ ਤਰ੍ਹਾਂ ਲਾਊਂਗਾ, ਇਸ ਕਰਕੇ ਮੈਂ ਤਾਂ ਲੋਕਾਂ ਦਾ ਨੁਮਾਇੰਦਾ, ਲੋਕਾਂ ਵਾਸਤੇ ਖੜ੍ਹਾ।